ਲੈ ਵੀ ਤੇਰਾ ਮੇਦਾ ਦਰੁਸਤ ਹੋ ਜੂ ਟਰੈਕ ਸੂਟ ਪਾ ਕੇ। ਮੈਂ ਸਰ ਇਹ ਕਹਿ ਰਿਹਾ ਕਿ ਵੈਬਸਾਈਟ ਬਣੀ ਹੈ ਟਰਬੋ ਦੀ, ਤੁਸੀਂ ਘਰ ਬੈਠੇ 24 ਆਵਰ ਆਪਣੀ ਚੀਜ਼ ਘਰ ਬੁਲਾ ਸਕਦੇ, ਔਰ ਜੋ ਪੇਮੈਂਟ ਇਹਦੀ ਇੱਥੇ ਨਾ ਜੋ ਪ੍ਰਾਈਜ਼ ਇੱਥੇ ਆ ਉਹੀ ਅਸੀਂ ਔਨਲਾਈਨ 'ਤੇ ਵੀ ਲੈ ਸਕਦੇ, ਉੱਥੇ ਕੋਈ ਮਤਲਬ ਉਹਦੇ 'ਚ ਤੁਹਾਨੂੰ ਪ੍ਰੋਬਲਮ ਕੋਈ ਨਹੀਂ, ਜ਼ਿਆਦਾ ਪੈਸੇ ਨਹੀਂ ਲੱਗਣਗੇ ਤੁਹਾਡੇ। ਚੱਲ ਤੁਸੀਂ ਚੈੱਕ ਤਾਂ ਕਰੋ ਮਾੜਾ ਜਿਹਾ ਲਾ ਕੇ। ਭਾਅ ਜੀ ਮੈਂ ਤੇਰੇ ਨਾਲ ਲਾਤੀ ਨਾ, ਮੁੜ ਕੇ ਫਿਰ ਇੱਥੇ ਲਾਉਣ ਜੋਗੀ ਨਹੀਂ ਰਹਿਣੀ, ਤੁਹਾਨੂੰ ਲੈਣੀ ਪੈਣੀ ਆ, ਇਹ ਜ਼ਿਹਨ 'ਚ ਰੱਖਣਾ। ਨਹੀਂ ਉਹ ਭਾਈ ਇੰਜ ਦਾ ਹੀ ਆ ਮਾਸ਼ਾਅੱਲਾ, ਉਹ ਵੀ ਨਹੀਂ ਨਹੀਂ। ਅਹਿਮਦ ਭਾਈ ਆਪਕਾ ਕੌਣ ਸਾ, ਕਹਾਂ ਰਹਤੇ ਆਪ? ਡੀ ਗ੍ਰਾਊਂਡ ਮੇਂ। ਤੇ ਤੁਸੀਂ ਕਿੱਥੇ ਰਹਿੰਦੇ ਹੋ? ਗੁਲਾਮਾਬਾਦ। ਭਾਈ ਤੂੰ ਆਪ ਦੱਸ ਕਿੰਨਾ ਫਰਕ ਆ। ਤੇ ਅੱਜ ਚਿਲਤਨ ਪਿਓਰ ਦੀ ਨਾਜ਼ਰੀ ਨੇ ਇੱਕ ਨਵੀਂ ਪ੍ਰੋਡਕਟ ਸਾਡੇ ਕੋਲ ਆਈ ਆ, ਜਿਹਦਾ ਨਾਮ ਆ ਜੀ ਨੀਮ ਥੈਰਾਮੈਰਿਕ ਆਇਆ ਵੀ ਸੜਕੋ ਫੇਸ ਵਾਸ਼। ਇੰਜ ਬਹਾਇਆ ਕਰਨਾ ਪਬਲਿਕ ਨੂੰ, ਇੰਜ ਇੰਜ। ਹਾਂਜੀ ਫੇਸ ਵਾਸ਼ ਆ ਸਾਡੀਏ, ਇਹ ਰਾਤ ਨੂੰ ਜਦੋਂ ਤੁਸੀਂ ਸੌਣ ਲੱਗਣਾ ਨਾ ਜੀ ਜੀ, ਤੇ ਸੌਣ ਤੋਂ ਪਹਿਲੇ ਫਰੈਸ਼ ਹੋਣ ਵਾਸਤੇ ਜਿਹੜਾ ਇਹਦੇ ਨਾਲ ਫੇਸ ਵਾਸ਼ ਕਰਕੇ, ਕਿਉਂਕਿ ਸੌਂ ਜਾਣਾ ਸੁਬਾਹ ਦੀ ਜਿੰਨੀ ਵੀ ਤੁਸੀਂ ਬਾਹਰ ਜਾਂਦੇ ਹੋ ਪੋਲੂਸ਼ਨ ਗਰਦੋ ਗਬਾਰ ਜਿਹੜੀ ਆ ਇਹਦੇ ਨਾਲ ਨਾ ਸਾਫ਼ ਹੋਏਗੀ ਫੇਸ ਵਾਸ਼ ਦੇ ਨਾਲ। ਇਹ ਨਿੰਮ ਦੇ ਪੱਤਿਆਂ ਦਾ ਬਣਿਆ ਜੀ? ਹਾਂਜੀ ਨਿੰਮ ਦੇ ਪੱਤੇ। ਹਾਂ ਨਿੰਮ ਦੇ ਪੱਤਿਆਂ, ਨੀਮ ਉਹਨੂੰ ਹੀ ਕਹਿੰਦੇ ਆ, ਚਾਰ ਪੜ੍ਹ ਤੇ ਲੈਂਦਾ ਕਿਤੇ। ਅੱਖ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ, ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ, ਹੋਏ ਨੂੰ ਵੇਖਦੇ ਸਮੁੰਦਰੋਂ। ਕਿਆ ਚਾਹੀਏ? ਵੈਲਟ? ਹਾਂਜੀ ਪਰਸ ਚਾਹੀਦਾ ਸੀ। ਵੈਲਟ ਕਹਤੇ ਇਸੇ, ਚਲੋ ਪਰਸ ਕਹੀ ਚਲੋ ਕਹਿ ਲਓ। ਕੀ ਰੱਖਣਾ ਕੀ ਵਿੱਚ ਤੁਸੀਂ, ਪੈਸੇ ਰੱਖਣੇ ਜਾਂ ਕ੍ਰੈਡਿਟ ਕਾਰਡ ਜਾਂ ਮਤਲਬ ਕਾਰਡ ਕੁਡ ਹੁੰਦੇ ਨੇ ਉਹ ਵੀ ਹੈਗਾ ਨਾ ਸਾਡੇ ਕੋਲ? ਅੱਛਾ ਜੀ, ਉਹ ਹੈਗਾ ਨਾ ਸਾਰਾ, ਇਹਦੇ 'ਚ ਸਾਰਾ ਕੁਛ ਹੀ ਆ ਜਾਂਦਾ। ਅਤੇ ਇਹਦੇ ਵਿੱਚੋਂ ਵੀ ਪੈਸੇ ਨਿਕਲਦੇ ਆ ਜਾਂ ਆਪ ਹੀ ਪਾਉਣੇ ਪੈਂਦੇ? ਵਿੱਚੋਂ ਨਹੀਂ ਨਿਕਲਦੇ, ਲੰਡੇ 'ਚ ਆਇਆ ਹੈ, ਇਹ ਤਾਂ ਫਰੈਸ਼ ਮਾਲ ਹੈਗਾ ਸਾਰਾ। ਨਹੀਂ ਹੁੰਦਾ ਨਾ ਕੋਈ ਅਚਾਨਕ ਕੋਈ ਚੀਜ਼ ਵੀ ਨਿਕਲ ਆਉਂਦੀ ਆ ਕੋਈ ਬੰਦੇ ਦੀ? ਅਚਾਨਕ ਨਿਕਲ ਹੀ ਆਈ ਆ, ਇੱਧਰੋਂ ਆਈ ਮੇਰਾ ਖਿਆਲ। ਇੰਝ ਨਹੀਂ ਹੁੰਦਾ ਭਾਅ ਜੀ, ਪੈਸੇ ਇਹਦੇ 'ਚ ਪਾਉਣੇ ਪੈਂਦੇ ਆ, ਜੇ ਹੈਗੇ ਆ ਤਾਂ ਲਵੋ ਪਰਸ, ਨਹੀਂ ਤਾਂ ਰਹਿਣ ਦਿਓ। ਨਹੀਂ ਉਹ ਲੈਦਰ 'ਚ ਚਾਹੀਦਾ ਸੀ ਐਕਚੁਲੀ ਨਾ, ਸਾਰਾ ਲੈਦਰ ਹੀ ਹੈ ਸਰ, ਇਹਦੇ ਕੋਲ ਲੈਦਰ ਹੁੰਦਾ, ਦੇਖ ਲਓ। ਇਹ ਜ਼ਿਆਦਾ ਵੱਡਾ ਨਹੀਂ ਹੋ ਜਾਏਗਾ? ਤੁਹਾਡੇ ਕੋਲ ਵੱਡੇ ਨੋਟ ਨਹੀਂ ਹੁੰਦੇ? ਨਹੀਂ ਹੁੰਦੇ ਆ ਵੱਡੇ ਵੀ, 100 ਦਾ ਨੋਟ ਹੁੰਦਾ। ਦੇਖੋ ਨਾ ਇਹਦੇ 'ਚ ਤੁਸੀਂ ਆਪਣਾ ਸ਼ਨਾਖਤੀ ਕਾਰਡ, ਆਈ ਡੀ ਕਾਰਡ, ਇੱਕੋ ਹੀ ਚੀਜ਼ ਆ ਨਾ। ਆਹ ਦੇਖੋ ਇਹਦੇ 'ਚ ਕ੍ਰੈਡਿਟ ਕਾਰਡ, ਏ ਟੀ ਐੱਮ, ਹਰ ਚੀਜ਼ ਤੁਹਾਡਾ ਆ ਸਕਦਾ ਇਹਦੇ 'ਚ। ਇਹ ਤੁਹਾਡਾ ਜਿਹੜਾ ਸਿਹਤ ਕਾਰਡ ਬਣਿਆ ਉਹ ਵੀ ਆ ਜਾਏਗਾ ਇਹਦੇ 'ਚ। ਇੰਨਾ ਕੁਛ ਮੈਂ ਇਹਦੇ 'ਚ ਹੀ ਰੱਖਣਾ, ਮੇਰਾ ਜ਼ਿਹਨੀ ਤਵਾਜ਼ਨ ਖਰਾਬ ਆ, ਸਾਰਾ ਕੁਛ ਮੈਂ ਰੱਖਾਂਗੀ। ਸਾਰੀ ਤਾਂ ਜ਼ਰੂਰਤ ਹੈ ਨਾ, ਤੁਹਾਨੂੰ ਪਤਾ ਇਹਦੇ ਵਿੱਚ ਹੁੰਦਾ ਵਾ, ਬਾਅਦ ਦੇ ਟਾਈਮ ਕਾਫੀ ਚੀਜ਼ਾਂ ਤੁਸੀਂ ਰੱਖ ਸਕਦੇ ਹੋ। ਨਹੀਂ ਇਹ ਸਾਈਜ਼ ਜ਼ਿਆਦਾ ਵੱਡਾ, ਡਾਇਰੀ ਵਿੱਚ ਰੱਖ ਸਕਦੇ ਹੋ ਤੁਸੀਂ, ਜ਼ਿਆਦਾ ਸਾਈਜ਼ ਵੱਡਾ ਵਾ, ਇਹ ਰਜਿਸਟਰੀ ਰੱਖਣ ਵਾਲਾ ਪਰਸ ਬਣਾਇਆ। ਚਲੋ ਛੋਟਾ ਲੈ ਲਓ ਤੁਸੀਂ, ਬੈਸ ਤਾਂ ਕੋਈ ਨਹੀਂ, ਸਾਰਾ ਛੋਟਾ ਵੀ ਹੈਗਾ। ਕਿੰਨੇ ਕੁ ਪੈਸੇ ਰੱਖਣੇ ਉਸ ਹਿਸਾਬ ਨਾਲ ਦੇਵਾਂ ਤੁਹਾਨੂੰ? 1000 ਵਾਲੇ ਆ ਤੁਹਾਡੇ ਕੋਲ, 500 ਵਾਲੇ ਆ, ਜਾਂ ਮਤਲਬ ਉਸ ਹਿਸਾਬ ਨਾਲ ਮੈਂ ਦੇਵਾਂ ਤੁਹਾਨੂੰ। ਅਤੇ ਠੀਪੇ ਵਾਲਾ ਵੀ ਰੱਖਿਆ ਕੋਈ ਲੈਦਾ? ਉਹ ਤਾਂ ਪਾਈ ਫਿਰਦਾ ਤੂੰ। ਨਹੀਂ ਇਹ ਤਾਂ ਮੇਰੀ ਹੈ ਨਾ ਕਪੈਸਿਟੀ ਕਿ ਮੈਂ ਕਿੰਨਾ ਕੁ ਇਹਦੇ ਵਿੱਚ ਕੈਸ਼ ਰੱਖ ਸਕਦਾ। ਜਿਹੜਾ ਮਰਜ਼ੀ ਲਵੋ, ਕੋਈ ਐਸੀ ਗੱਲ ਨਹੀਂ। 20% ਔਫ ਆ? ਹਾਂਜੀ ਹਾਂਜੀ ਯਾਰ, 20% ਔਫ ਹੋ ਕੇ ਵੀ 1480 ਰੁਪਈਏ ਦਾ ਵਾ, ਅਤੇ ਇਹਦੇ 'ਚੋਂ ਫੀਸਦ ਕਿੱਥੇ ਕੱਢਦੇ ਆ ਜ਼ਿਆਦਾ ਕੱਢ ਵਿੱਚੋਂ? ਆਹ ਤਾਂ ਕੁਛ ਤਾਂ ਡਿਸਕਾਊਂਟ ਕਰਕੇ ਹੀ ਲਾਏ ਸਾਰੇ ਅਸੀਂ। ਨਹੀਂ ਕੁਛ ਤਾਂ, ਬਾਕੀ ਤੁਸੀਂ ਲੈਣਾ ਤਾਂ ਲੈ ਲਓ, ਉੱਥੇ ਭਾਇਨ ਕਰ ਦੇਣਗੇ ਤੁਹਾਨੂੰ, ਹੋਰ ਕਰ ਦੇਣਗੇ ਕੋਈ ਰਿਆਇਤ, ਤੁਹਾਡੀ ਸ਼ਕਲ ਦੇਖ ਕੇ ਕਰ ਦੇਣਾ ਉਹਨਾਂ ਨੇ। ਇਹਦੇ ਨਾਲ ਮੈਚ ਵੀ ਹੋ ਰਿਹਾ ਤੁਹਾਡਾ, ਦੇਖੋ ਇਹ ਮੂੰਹ ਨਾਲ ਵੀ, ਇਹਦੇ ਨਾਲ ਵੀ ਹੋ ਰਿਹਾ। ਯਾਰ ਮੂੰਹ ਨਾਲ ਮੈਚ ਨਾ ਕਰ, ਐਕਚੁਅਲੀ ਮੈਨੂੰ ਜਿਹੜੀ ਚੀਜ਼ ਪਸੰਦ ਆਉਣੀ ਆ ਮੈਂ ਉਹ ਹੀ ਲੈਣੀ ਆ। ਰੂਹਾਨ ਭਾਈ ਇਹ ਕਸਟਮਰ ਕਹਿ ਰਹੇ, ਇਹਦੇ 'ਚ ਕੋਈ ਥੋੜ੍ਹਾ ਜਿਹਾ ਡਿਸਕਾਊਂਟ ਹੋ ਜਾਏਗਾ ਇਹਨਾਂ ਨੂੰ?
ਮੈਂ ਉਹੀ ਇਹਨਾਂ ਨੂੰ ਯਾਰ ਇੰਗਲਿਸ਼ ਤੁਹਾਨੂੰ ਬੋਲਣੀ ਆਉਂਦੀ ਆਲਰੇਡੀ ਡਿਸਕਾਊਂਟ ਹੈ ਤੁਸੀਂ ਕਰਦੇ ਹੈ ਨਹੀਂ ਤੁਸੀਂ ਜ਼ਰਾ ਤੁਸੀਂ ਡਰੈਸਿੰਗ ਆਪਣੀ ਦੇਖੋ ਤੁਸੀਂ ਮਾਸ਼ਾਅੱਲਾ ਉਹ ਯਾਰ ਡਰੈਸਿੰਗ ਤੋਂ ਮਰਾਦ ਹੁਣ ਪੈਸੇ ਬੰਦਾ ਹੈ ਤੇ ਸਾਡਾ ਬ੍ਰਾਂਡ ਪਾਇਆ ਤੁਸੀਂ ਸਾਰਾ ਤੇ ਤੁਹਾਡਾ ਟਰਬੋ ਨਹੀਂ ਪਾਇਆ ਤੁਸੀਂ ਬਾਹਰਲੀ ਟੋਕਰੀ ਚੋਂ ਲੱਭਿਆ ਵਾ ਮੋਲੀ ਲਿਆ ਇੱਥੇ ਫਿਰ ਉਸ ਤਰੀਕੇ ਨਾਲ ਗੁਫ਼ਤਗੂ ਕਰਨੀ ਚਾਹੀਦੀ ਹਲਕਾ ਜਿਹਾ ਕੋਈ ਨਹੀਂ ਮੈਨੂੰ ਪਤਾ ਫੈਸਲਾਬਾਦ ਦਾ ਜੁਗਤ ਪਾਣੀ ਹੋਣਾ ਹੀ ਹੋਣਾ ਯਾਰ ਜੁਗਤ ਪਾਣੀ ਦੀ ਨਹੀਂ ਗੱਲ ਇਹ ਜਗ੍ਹਾ ਦਾ ਤੁਹਾਨੂੰ ਪਤਾ ਨਾ ਜਿੱਥੇ ਸਾਡੀ ਸ਼ਾਪ ਹੈਗੀ ਹਾਂਜੀ ਇੱਥੇ ਹਰ ਪਾਸੇ ਜੁਗਤ ਹੀ ਹੁੰਦੀ ਆ ਕੋਈ ਮਸਲਾ ਨਹੀਂ ਹੱਸਣ ਖੇਡਣ ਵਾਲੇ ਲੋਕ ਨੇ ਇੱਥੇ ਸਾਰੇ ਤੇ ਉਹ ਕੀ ਰਾਇਤ ਕਰਦੇ ਹੋ ਉਹਦੇ 'ਚੋਂ ਕੋਈ ਕਨਸੈਸ਼ਨ ਕਰੋ ਨਾ ਥੋੜ੍ਹੀ ਜਿਹੀ ਨਹੀਂ ਸਾਰੇ ਇਹਦੇ 'ਚੋਂ ਨਹੀਂ ਹੋ ਸਕਦੀ ਇਹ ਡਿਸਕਾਊਂਟ ਕਰਕੇ ਹੀ ਲੱਗਾ ਭਾਵੇਂ ਨਾ ਮੁੰਡੇ ਨੂੰ ਕਹੋ ਉੱਥੇ ਲਾ ਦੇਵੇ ਤੁਸੀਂ ਦੇਖ ਲਓ ਸ਼ਰਟ ਕਿੱਥੇ ਲੱਗੀ ਆ ਕੈਜੂਅਲ ਸ਼ਰਟ ਜਿਹੜੀ ਹੈ ਇਹ ਹਾਫ ਬਾਜ਼ੂ ਲੱਗੀਆਂ ਸਾਰੀਆਂ ਜੀ ਆਪਣਾ ਲੀਲਨ 'ਚ ਦੇਖੋ ਸੌਫਟ ਬਹੁਤ ਅੱਛੀ ਹੈ ਇਹ ਗਰਮੀਆਂ ਦਾ ਸਾਰਾ ਸਟੱਫ ਹੈਗਾ ਮੈਨੂੰ ਦੱਸੋ ਕੀ ਹੋਇਆ ਆਪ ਕੱਲ੍ਹ ਹੀ ਤੰਗ ਹੋ ਰਿਹਾ ਯਾਰ ਮੈਨੂੰ ਜਿਹੜੀ ਪਸੰਦ ਆ ਮੈਂ ਉਹ ਕੱਢ ਲੈਣੀ ਆ ਹੁਣ ਤੈਨੂੰ ਮੈਂ ਨਹੀਂ ਜਿਹੜੀ ਮੈਨੂੰ ਤੁਸੀਂ ਉਂਗਲ ਲਾ ਕੇ ਦੱਸੋ ਨਾ ਮੈਂ ਕੱਢ ਦਿੰਦਾ ਵਾਂ ਭਾਜੀ ਦੇਖ ਰਿਹਾ ਵਾਂ ਜਿਹੜੀ ਕੋਈ ਅੱਛੀ ਲੱਗੇਗੀ ਦੇਖ ਲਓ ਇਹ ਸਾਰੀਆਂ ਬਹੁਤ ਖੂਬਸੂਰਤ ਇਹਨਾਂ 'ਚ ਵੀ ਡਿਸਕਾਊਂਟ ਲੱਗਾ ਹੈ ਕੀ ਹੋਇਆ ਭਾਈ ਧਿਆਨ ਤਾਂ ਕਰ ਯਾਰ ਛੁੱਟੀ ਜਾਂਦਾ ਥੱਲੇ ਕੀ ਹੋਇਆ ਕੀ ਹੈ ਉਹਨੇ ਉਹ ਲਾਉਣ ਲੱਗੇ ਇਸੇ ਲਈ ਮੈਂ ਕਿਹਾ ਮੈਨੂੰ ਦੱਸੋ ਸਾਡਾ ਰੋਜ਼ ਦਾ ਕੰਮ ਆ ਤੂੰ ਖਰੇ ਪਹਿਲੀ ਵਾਰੀ ਆਇਆ ਇੱਥੇ ਕੀ ਸਾਈਜ਼ ਕੀ ਤੁਹਾਡਾ ਸਾਈਜ਼ ਮੇਰਾ ਗਲੇ ਦਾ 14 ਮੈਂ ਫਾਂਸੀ ਦੇਣੀ ਤੈਨੂੰ ਮੈਂ ਕਹਿ ਰਿਹਾ ਕਿ ਤੁਹਾਨੂੰ ਲਾਰਜ ਆਉਂਦਾ ਹੈ ਮੀਡੀਅਮ ਆਉਂਦਾ ਹੈ ਸਮਾਲ ਆਉਂਦਾ ਹੈ ਕਿਹੜਾ ਮੈਂ ਦੇਵਾਂ ਤੁਹਾਨੂੰ ਇਹ ਦੱਸੋ ਮੀਡੀਅਮ ਆਏਗਾ ਤੁਹਾਨੂੰ ਵੈਸੇ ਮੀਡੀਅਮ ਹੈ ਮੀਡੀਅਮ ਹੀ ਪਾਇਆ ਤੁਸੀਂ ਨਹੀਂ ਜੇ ਸਟ੍ਰੈਚ 'ਚ ਹੈਗਾ ਤਾਂ ਫਿਰ ਮੀਡੀਅਮ ਆ ਅਤੇ ਜੇ ਨਹੀਂ ਇਹ ਥੋੜ੍ਹਾ ਜਿਹਾ ਵੈਸੇ ਹੀ ਲੂਜ਼ ਹੁੰਦਾ ਹੈ ਅਤੇ ਗਰਮੀ ਵਾਸਤੇ ਬਿਹਤਰੀਨ ਕੱਪੜਾ ਇਹਦੇ 'ਚ ਕੀ ਏਅਰ ਕੂਲਰ ਲੱਗਾ ਗਰਮੀ ਲੈਦਾ ਤੈਨੂੰ ਲੈਣਾ ਪੈਣਾ ਬਾਕੀ ਤੁਸੀਂ ਹਾਫ ਬਾਜ਼ੂ ਨਾ ਪਾਓ ਫੁੱਲ ਬਾਜ਼ੂ ਲਾਓ ਤੁਹਾਡੇ ਬਾਜ਼ੂ ਹੈ ਨਹੀਂ ਹਾਫ ਬਾਜ਼ੂ ਪਾਉਣ ਵਾਲੇ ਬੁਰਖਾ ਪਾ ਲਾ ਵੈਸੇ ਮਜ਼ਾਕ ਟੋਪੀ ਵਾਲਾ ਬੁਰਖਾ ਲੈ ਲੈ ਤੁਹਾਨੂੰ ਪਏਗਾ ਤੇ ਈਦ ਵਾਸਤੇ ਲੈਣੇ ਨਾ ਹਾਂਜੀ ਬਸ ਉਹ ਸ਼ੋਪਿੰਗ ਤਾਂ ਮੈਂ ਅੱਗੇ ਵੀ ਆਲਰੇਡੀ ਬੜੀ ਕੀਤੀ ਆ ਲੇਕਿਨ ਮੈਂ ਇਹਦਾ ਬੜਾ ਨਾ ਇਹਦਾ ਅੱਛਾ ਜੀ ਇਹ ਅੱਛਾ ਡਿਜ਼ਾਈਨ ਦੇਖੋ ਇਹਦੀ ਮੈਂ ਮਸ਼ਹੂਰੀ ਸੁਣੀ ਹੈ ਟਰਬੋ ਵਾਲਿਆਂ ਦੀ ਅਤੇ ਮੈਂ ਨਾ ਇਸ ਕਰਕੇ ਫਿਰ ਸਾਰੇ ਬ੍ਰਾਂਡ ਨੇ ਸਾਡੇ ਕੋਲ ਪੋਲੋ ਦਾ ਵੀ ਆ ਗੂਚੀ ਆ ਸਾਰੇ ਹੀ ਨੇ ਤੁਸੀਂ ਜਿਹੜਾ ਪਾਉਣਾ ਮੈਨੂੰ ਦੱਸੋ ਫਿਰ ਯਾਰ ਆਪ ਲਾ ਰਿਹਾ ਤੂੰ ਮੈਨੂੰ ਦੱਸ ਯਾਰ ਮੈਂ ਆਪ ਲਾਵਾਂ ਮੈਂ ਚੀਜ਼ ਜਿਹੜੀ ਮੈਂ ਯਾਰ ਚੀਜ਼ ਭਾਈ ਮੈਂ ਜਿਹੜੀ ਚੀਜ਼ ਲੈਣੀ ਆ ਮੈਂ ਆਪਣੀ ਪਸੰਦ ਹੀ ਲੈਣੀ ਆ ਉਹ ਪਸੰਦ ਹੀ ਭਾਜੀ ਮੈਂ ਜੋਬ ਕਰਨਾ ਇੱਥੇ ਮੇਰੀ ਜੋਬ ਕਿਹੜੀ ਕਰਦਾ ਤੂੰ ਮੇਰੀ ਡਿਊਟੀ ਆ ਮੈਂ ਸਾਰਾ ਦਿਨ ਇਹੀ ਕੰਮ ਕਰਨਾ ਗਾਹਕਾਂ ਨੂੰ ਹਟਾਉਣ ਲਈ ਜੋਬ ਕਰਦਾ ਤੂੰ ਮੈਨੂੰ ਦੇਖ ਜਿਹੜਾ ਮੈਂ ਗਾਹਕ ਜਿੰਨੇ ਕਸਟਮਰ ਆਉਂਦੇ ਕਹਿੰਦੇ ਇਹ ਦਿਖਾਏ ਇਹ ਦਿਖਾਏ ਸਮਾਲ ਮੀਡੀਅਮ ਲਾਰਜ ਜੋ ਵੀ ਤੁਹਾਨੂੰ ਚਾਹੀਦਾ ਐਕਸਟਰਾ ਲਾਰਜ ਚਾਹੀਦਾ ਮੈਂ ਅੰਨਾ ਵਾਂ ਮੈਂ ਆਪ ਨਹੀਂ ਦੇਖ ਸਕਦਾ ਵੀ ਕਿਹੜਾ ਮੈਨੂੰ ਕਲਰ ਚੰਗਾ ਲੱਗਦਾ ਉਹ ਤਾਂ ਫਿਰ ਇੱਥੇ ਖਲੋ ਕੇ ਵੇਖੀ ਜਾ ਇਹ ਦੇਖੋ ਭਾਈ ਜਾਨ ਤੁਸੀਂ ਫਿਰ ਆਹ ਵੇਖ ਲਾ ਭਾਈ ਤੂੰ ਮਸਤ ਤਾਂ ਨਹੀਂ ਕਿਤੇ ਭਾਈ ਮੈਨੂੰ ਐਡੀ ਅੱਛੀ ਡਰੈਸਿੰਗ ਕਰਕੇ ਵੀ ਤੂੰ ਪਾਗਲ ਵਾਂਗੂ ਭੱਜਾ ਫਿਰਦਾ ਕਿਹੜਾ ਕਲ ਇਹ ਵੀ ਕਲਰ ਆ ਸਾਡੇ ਕੋਲ ਇਹ ਮੈਂ ਦਿਖਾ ਦਿੰਦਾ ਇਹ ਲੋ ਇਹ ਬੜੇ ਖੂਬਸੂਰਤ ਹੈ ਇਹ ਚੀਜ਼ ਇਹ ਦਿਖਾਵਾਂ ਫਿਰ ਆਪ ਕਦਲੀ ਹੱਥ ਮਾਰ ਰਿਹਾ ਹੱਥ ਕੀ ਮੈਂ ਤੁਸੀਂ ਮੈਨੂੰ ਦੱਸੋ ਸਰ ਮੈਂ ਲਾ ਦਿੰਦਾ ਖਾਣਾ ਪਿਆ ਅੱਗੇ ਮੈਂ ਹੱਥ ਮਾਰ ਲਿਆ ਵੀ ਜੂਠਾ ਹੋ ਜਾਣਾ ਓਹੋ ਸਾਨੂੰ ਪਤਾ ਤੂੰ ਮੈਨੂੰ ਦੇਖਣ ਦੇ ਇਹਨੂੰ ਤੂੰ ਆਪਣੀ ਜਾਬ ਤੂੰ ਖੜਾ ਰਿਹਾ ਤੈਨੂੰ ਤੈਨੂੰ ਦੇਖਣ ਕੀ ਦੇ ਕਿ ਪੁਸ਼ਪਾ ਫਿਲਮ ਲੱਗੀ ਆ ਵੀ ਮੈਨੂੰ ਵੇਖਣ ਦੇ ਕਿਹੜਾ ਲੱਗੀ ਆ ਮੈਂ ਤੁਹਾਨੂੰ ਦਿਖਾ ਦਿੰਦਾ ਭਾਈ ਨਹੀਂ ਮੈਂ ਕਹਿੰਦਾ ਵੀ ਮੈਨੂੰ ਕਲਰ ਅਤੇ ਕੰਬੀਨੇਸ਼ਨ ਦੇਖਣ ਦੇ ਕਿਹੜਾ ਕਲਰ ਤਾਂ ਮੈਂ ਤੁਹਾਡਾ ਦੇਖ ਰਿਹਾ ਮੈਂ ਤੁਹਾਡੇ ਕਲਰ ਦੇ ਮੁਤਾਬਕ ਕੱਢ ਸਕਦਾ ਤੁਸੀਂ ਇਜਾਜ਼ਤ ਦਿਓ ਤੇ ਨਹੀਂ ਇਜਾਜ਼ਤ ਦਿਓ ਮੈਂ ਆਪ ਨਾ ਕੱਢ ਲਾਂਗਾ ਫੈਸਲਾਬਾਦ ਫਿਰ ਉਹੀ ਗੱਲ ਯਾਰ ਕੀ ਇੱਥੇ ਵਿੱਚ ਕੀ ਤੇਰਾ ਕੋਈ ਚੀਜ਼ ਗਵਾਚੀ ਤੇਰੀ ਯਾਰ ਹੈਲੋ ਇਹ ਮੈਂ ਕਲਰ ਇੰਜ ਦੇਖੀ ਤੇ ਸਾਰਾ ਇਹ ਦੇਖੋ ਇਹ ਦੇਖੋ ਇਹ 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 ਦੇਖ ਲਓ ਸਾਰੇ ਡਿਜ਼ਾਈਨ ਲੱਗੇ ਉਹ ਯਾਰ ਮੈਂ ਉਹਦੀ ਬੈਗ ਵੀ ਦੇਖਣੀ ਆ ਕਿ ਮੇਰਾ ਤੀਰਾ ਪੂਰਾ ਆਉਂਦਾ ਉਹਦਾ ਕਿ ਨਹੀਂ ਤੂੰ ਸਾਹਮਣੇ ਉਹ ਨਹੀਂ ਵੇਖਿਆ ਜਾਂਦਿਆਂ ਤੂੰ ਬੈਗ ਦੇਖਣੀ ਹੈ ਬੈਗ ਵੀ ਪੂਰੀ ਹੈ ਤੁਸੀਂ ਸਾਈਜ਼ ਦੱਸੋ ਮੈਂ ਕੱਢ ਦਿੰਦਾ ਤੁਹਾਨੂੰ ਮੀਡੀਅਮ ਆਏਗਾ ਹਾਂਜੀ ਮੀਡੀਅਮ ਲੈ ਫਿਰ ਉਹੀ ਗੱਲ ਯਾਰ ਭਾਈ
ਚੱਲ ਲਾ ਲਾ ਵੀ ਤੂੰ ਆਪਣਾ ਸ਼ੌਕ ਪੂਰਾ ਕਰ। ਸ਼ੌਕ ਦੀ ਨਹੀਂ ਗੱਲ, ਤੇਰੀ ਲੱਗਦਾ ਮੰਨਤ ਤੇਰੇ ਪੀਰਾਂ ਨੇ ਕਿਹਾ ਵੀ ਤੂੰ ਆਪ ਹੱਥੀਂ ਪਾ ਰਹੀ ਹੈ। ਇਸ ਗੱਲੋਂ ਮੈਂ ਕਹਿ ਰਿਹਾ ਸੀ ਵੀ ਨਹੀਂ ਤੁਹਾਨੂੰ ਪਤਾ ਹੈਗਾ ਤੁਸੀਂ ਐਵੇਂ ਸੁੱਟੀ ਜਾਂਦੇ ਥੱਲੇ। ਯਾਰ ਦੇਖਣ ਤਾਂ ਦੇ ਵੀ ਮੈਨੂੰ ਕਿਹੜੀ ਪੂਰੀ ਆਉਂਦੀ ਆ। ਦੇਖਣ ਨਹੀਂ ਦੇ, ਤੂੰ ਕਹਿ ਮੈਨੂੰ ਸੁੱਟਣ ਤਾਂ ਦੇ, ਮੈਂ ਇਹੀ ਸਾਰੀ ਦਿਹਾੜੀ ਚੁੱਕੀ ਜਾਵਾਂ ਵੀ ਕੋਈ ਗਾਹਕ ਅਸੀਂ ਸਿਰਫ ਡੀਲ ਕਰਨਾ ਭਾਈ, ਅੱਗੇ ਲਾਈਟ ਇੰਨੀ ਜਾ ਰਹੀ ਆ, ਤੂੰ ਸਤਾਉਣ ਆ ਗਿਆ ਸਾਨੂੰ। ਪੋਲੋ ਸ਼ਰਟ ਕਿੱਧਰ ਲੱਗੀ ਹੈ? ਜਿਹਦੇ ਘੋੜਾ ਬਣਿਆ ਹੁੰਦਾ ਉਹੀ ਹੈ ਨਾ? ਹਾਂਜੀ, ਤੂੰ ਵੀ ਕਿਤੋਂ ਸੁਣਿਆ ਹੀ ਆ ਪੋਲੋ? ਤੂੰ ਪੋਲੋ ਪੋਲੋ ਕਰਕੇ ਨਾ ਮੇਰੇ ਪਿੱਛੇ ਆ ਜਾ, ਪੋਲੇ ਪੋਲੇ ਪੈਰ ਰੱਖ ਕੇ ਆਓ ਸਰ। ਪੋਲੋ ਸ਼ਰਟ ਦਿਖਾਓ ਮੈਨੂੰ। ਉਹ ਮੈਂ ਭਾਈ ਤੁਹਾਨੂੰ ਪੋਲੋ ਵਾਲੀ ਲੈ ਕੇ ਜਾ ਰਿਹਾ ਭਾਜੀ। ਯਾਰ ਮੈਂ ਯਾਰ ਕਿਹੜੀ ਬਦਤਮੀਜ਼ੀ ਆ, ਤੂੰ ਧੱਕਾ ਕਾ ਹੱਥ ਨਾ ਮੈਨੂੰ ਕਾਹਦਾ ਅੱਗੇ ਕਰਦਾ ਸਰ। ਉਹ ਲੱਗੀ ਪੋਲੋ ਅੱਗੇ ਲੱਗੀ ਪੋਲੋ। ਨਹੀਂ ਮੈਂ ਚਲੇ ਜਾਵਾਂਗਾ, ਮੈਨੂੰ ਵੀ ਦਿਸਦੀਆਂ ਪੋਲੋ, ਤੇ ਤੂੰ ਆ ਹੁੱਦ ਜੀ ਕਾਹਦੀ ਮਾਰਨਾ ਲੱਕ ਚੇਂਜ ਕਰਕੇ? ਨਹੀਂ ਜੇ ਦਿਸਦੀਆਂ ਤਾਂ ਫਿਰ ਮੈਨੂੰ ਕਾਹਦੇ ਲਈ ਕਹਿ ਰਹੇ ਹੋ? ਨਹੀਂ ਤੇ ਤੂੰ ਤੈਨੂੰ ਮੈਂ ਦੱਸਣਾ ਨਹੀਂ ਕਿ ਫਲਾਂ ਸਾਈਜ਼ ਮੈਨੂੰ ਪਸੰਦ ਆ, ਫਲਾਣਾ ਕਲਰ ਮੈਨੂੰ ਪਸੰਦ ਆ। ਇਹ ਪੋਲੋ ਨਹੀਂ ਹੈਗੀ ਸਾਰੇ, ਇਹ ਗੁੱਚੀ ਸਟਾਈਲ ਆ। ਇਹ ਨਾ ਸੁੱਟਦੀ ਭਾਈ। ਯਾਰ ਬਾਹਾਂ ਫੜ ਲਾ ਪਹਿਲਾਂ ਮੇਰੀਆਂ ਥੱਲੇ ਕੁਛ ਹੀ। ਤੁਸੀਂ ਮੈਨੂੰ ਦੱਸੋ ਤੁਹਾਨੂੰ ਇਹ ਦੇਖੋ ਇੰਝ ਲਾ ਦੀ ਦੀ ਆ, ਇਹ ਦਿਖਾਈ ਦੀ, ਇਹ ਤੁਹਾਨੂੰ ਸਾਈਜ਼ ਹੀ ਨਹੀਂ ਹੈਗਾ ਤੁਹਾਡਾ, ਅੰਦਰ ਪੈ ਸਾਈਜ਼। ਯਾਰ ਸਾਈਜ਼ ਵੀ ਆ ਜਾਏਗਾ, ਮੈਨੂੰ ਇਹ ਚੀਜ਼ ਪਸੰਦ ਆਈ, ਜੇ ਇਹ ਮੀਡੀਅਮ ਨਾ ਮਿਲੇਗਾ? ਮਿਲ ਜਾਏਗਾ। ਆ ਮੇਰੀ ਬੈਗ 'ਤੇ ਲਾ ਕੇ ਦੇਖ, ਦਿਖਾ ਜ਼ਰਾ ਮੈਨੂੰ। ਇਹ ਨਹੀਂ ਲੱਗਣੀ ਭਾਈ, ਤੁਹਾਡੇ ਫਿੰਸੀਆਂ ਨਿਕਲੀਆਂ, ਇਹ ਨਹੀਂ ਲਾਉਣੀ ਅਸੀਂ। ਇੱਥੇ ਕੋਈ ਦਵਾਈ ਲਾਓ, ਸ਼ਰਟ ਨਾ ਲਾਓ, ਮੈਡੀਕਲ ਤੋਂ ਲੈ ਕੇ ਟਿਊਬ ਲਾਓ। ਤੁਹਾਨੂੰ ਪਤਾ ਤੁਹਾਡੇ ਫਿੰਸੀਆਂ ਨਿਕਲੀਆਂ, ਇਹ ਦੇਖੋ। ਉਹ ਯਾਰ ਹਟ ਜਾ ਭਾ, ਹਟ ਜਾ। ਇਸ ਲਈ ਮੈਂ ਕਹਿ ਰਿਹਾ ਤੂੰ ਸਾਈਜ਼ ਲਵੋ ਤਾਂ ਜਾਓ। ਉਹ ਯਾਰ ਸਾਈਜ਼ ਲੱਗੋ, ਮੈਂ ਕਹਿੰਦਾ ਵੀ ਮੈਨੂੰ ਘਰ ਪ੍ਰੋਬਲਮ ਨਾ ਹੋਵੇ, ਤੀਰਾ ਤਾਂ ਚੈੱਕ ਕਰ ਲੈਣਾ ਮੇਰਾ ਵੀ ਪੂਰਾ ਹੀ। ਇੱਥੇ ਨਹੀਂ ਤੀਰਾ ਤੂਰਾ ਹੁੰਦਾ ਭਾਅ ਜੀ, ਇੱਥੇ ਸਾਈਜ਼ ਹੁੰਦੇ ਆ, ਸਮਾਲ, ਮੀਡੀਅਮ, ਲਾਰਜ, ਐਕਸਟਰਾ ਲਾਰਜ, ਐਕਸਟਰਾ ਸਮਾਲ। ਇਹਦੇ 'ਚ ਕਿਹੜਾ ਤੀਰਾ, ਦਰਜੀ ਦੀ ਦੁਕਾਨ 'ਤੇ ਆਇਆ ਤੀਰਾ? ਤੁਸੀਂ ਚੈੱਕ ਤਾਂ ਕਰੋ ਮਾੜਾ ਜਿਹਾ ਲਾ ਕੇ। ਭਾਅ ਜੀ ਮੈਂ ਤੇਰੇ ਨਾਲ ਲਾਤੀ ਨਾ, ਮੁੜ ਕੇ ਫਿਰ ਇੱਥੇ ਲਾਉਣ ਜੋਗੀ ਨਹੀਂ ਰਹਿਣੀ, ਤੁਹਾਨੂੰ ਲੈਣੀ ਪੈਣੀ ਆ, ਇਹ ਜ਼ਿਹਨ 'ਚ ਰੱਖਣਾ। ਨਹੀਂ ਕੀ ਗੱਲ, ਮੇਰੇ ਪਾਇਆਂ ਪਲੀਤ ਹੋ ਜਾਣਾ ਇਹਨੇ, ਇਹ ਕਿਹੜੀ ਗੱਲ ਹੋਈ? ਬੰਦੇ ਨੂੰ ਪਤਾ ਹੁੰਦਾ, ਮੈਨੂੰ ਪਤਾ ਕਿ ਮੈਨੂੰ ਮੀਡੀਅਮ ਸਾਈਜ਼ ਆਉਂਦਾ ਤੁਹਾਨੂੰ। ਯਾਰ ਭਾਈ ਮੀਡੀਅਮ ਚੋਰ ਸਾਈਜ਼ ਵੀ ਹੁੰਦੇ ਆ, ਉਹ ਨਹੀਂ ਆਉਂਦੇ ਹੈ, ਸ਼ਕਲੋਂ ਹੀ ਚੋਰ ਲੱਗਣ ਦੇ ਆ, ਸਾਈਜ਼ ਕਿਹੜਾ? ਪੋਲੀਓ ਮੈਂ ਤਾਂ ਅੱਗੋ ਪੋਲੀਓ ਦੇ ਕਤਰੇ ਪੀਤੇ ਤੁਸੀਂ? ਪੋਲੀਓ ਸ਼ਰਟ ਕਹਿਣ ਡਿਆ ਆਹੋ, ਤੇ ਉਹੀ ਮੈਂ ਤੁਹਾਨੂੰ ਦਿਖਾਣਾ। ਫਜ਼ੂਲ ਗੱਲਾਂ ਨਾ ਕਰ, ਇਹ ਹੁਣ ਤੂੰ ਆਪ ਚੁੱਕ, ਆਪ ਚੁੱਕ, ਮੈਂ ਨਹੀਂ ਚੁੱਕਣੀ, ਮੈਂ ਕਾਹਦੇ ਲਈ ਚੁੱਕਾਂ? ਤੂੰ ਚੁੱਕ ਭਾਈ, ਤੂੰ ਸੁੱਟੀ, ਤੂੰ ਚੁੱਕ, ਉੱਤੋਂ ਡਿੱਗ ਪਈ ਦੂਸਰੀ ਲਾਂਦਿਆਂ, ਮੈਂ ਮੀਡੀਅਮ ਡਿੱਗ ਪਈ। ਯਾਰ ਤੂੰ ਮਸਤ ਆ, ਇੱਕ ਸ਼ਰਟ ਨਹੀਂ ਲਈ ਤੂੰ, 6 ਉਂਝ ਸੁੱਟ ਦਿੱਤੀਆਂ ਥੱਲੇ। ਤੁਹਾਡਾ ਕੰਮ ਵਾ, ਤੂੰ ਅਟੈਂਡ ਕਰ ਗਾਹਕ ਨੂੰ। ਮੇਰਾ ਇਹ ਵੀ ਕੰਮ ਆ ਗਾਹਕ ਨੂੰ ਲਾ ਕੇ ਦਿਖਾਉਣਾ, ਤੂੰ ਅੱਗੇ ਆਪ ਹੀ ਹੱਥ ਮਾਰੀ ਜਾਣਾ ਐਂ ਕਰਕੇ। ਤੂੰ ਪਾਗਲਖਾਨੇ ਹੋ, ਦੌੜਿਆ ਯਾਰ, ਇਹ ਲੈਣੀ ਹੈ, ਇਹ ਵੀ ਅੱਛੀ ਹੈ। ਦੇਖ ਤੀਰਾ ਕਿੰਨਾ ਵਾ ਇਹਦਾ, ਫਿਰ ਤੀਰਾ ਤੀਰਾ ਇੰਚੀ ਟੈਪ ਨਾਲ ਵੇਖੀ ਦਾ ਭਾਈ, ਇਹਦੇ ਨਾਲ ਮੈਂ ਦੇਖਣਾ ਤੇਰਾ ਤੀਰਾ। ਯਾਰ ਇੱਦਾਂ ਕਮਰ 'ਤੇ ਲਾ ਕੇ ਪਤਾ ਲੱਗ ਜਾਂਦਾ ਪੂਰੀ ਆ, ਇਹ ਤਾਂ ਕਮਰ 'ਤੇ ਨਹੀਂ ਲਾਉਣਾ। ਆ ਜਾਓ, ਧੰਨਵਾਦ। ਇਹਦੇ 'ਚ ਵੈਸੇ ਮੀਡੀਅਮ ਮਿਲ ਜਾਏ ਤਾਂ ਮੈਨੂੰ ਪਸੰਦ ਆਇਆ। ਮੀਡੀਅਮ ਆ ਜਾਏਗਾ, ਉੱਥੇ ਰਿਸੈਪਸ਼ਨ 'ਤੇ ਆ ਜਾਏਗਾ। ਮੀਡੀਅਮ ਹੋ ਗਈ ਇੱਕ, ਮੀਡੀਅਮ ਕਰ ਦਈਏ, ਕਹਿ ਮੀਡੀਅਮ ਹੋ ਗਈ। ਓਕੇ, ਅੱਛਾ ਸਟਾਈਲ ਆ ਵੈਸੇ। ਕੀ ਹੋਇਆ? ਮੈਨੂੰ ਪਤਾ ਤੂੰ ਸੁੱਟਣੀ ਆ, ਤੂੰ ਐਂ ਹੀ ਸੁੱਟਣ। ਪੁੱਟਖਲੋ ਐਡਾ ਮੋਇਨ ਖਾਂ ਦਾ ਮੁੰਡਾ ਨਾ ਬਣ, ਸ਼ਰਟਾਂ ਦਿਖਾ। ਇਹ ਵੀ ਕਲਰ ਤੁਹਾਨੂੰ ਅੱਛਾ ਲੱਗੇ, ਇਹਦੇ 'ਚ ਹੀ ਮੀਡੀਅਮ ਦੇ ਦਈਏ। ਇਹ ਆ ਜਾਏਗਾ ਮੇਰੇ, ਕੀ ਸਾਈਜ਼ ਕੀ ਹੈ ਕਿਹੜਾ ਜੀ? ਇੱਥੇ ਲਿਖਿਆ ਹੁੰਦਾ ਭਾਈ ਸਾਈਜ਼, ਇੱਥੇ ਇਹ ਲਾਰਜ ਹੈਗਾ। ਨਹੀਂ ਇਹ ਨਹੀਂ ਆਉਣਾ, ਹੈਂ ਮੀਡੀਅਮ। ਤੂੰ ਵੀ ਨਹੀਂ ਮੁੜ ਕੇ ਇੱਧਰ ਆਉਣਾ, ਜੇ ਨਹੀਂ ਆਉਣਾ ਮੀਡੀਅਮ ਆ ਜਾਏਗਾ ਤੁਹਾਡੇ ਕੋਲ ਉੱਥੇ। ਇੱਕ ਇਹਦੇ 'ਚ ਮੀਡੀਅਮ ਕਰ ਦਿਓ। ਓਕੇ ਮੋਸਨ, ਇਹ ਚੀਜ਼ ਇੱਕ, ਇਹ ਵੀ ਹੋ ਜਾਂਦੀ ਹੈ ਇੱਕ ਮੀਡੀਅਮ, ਇਹਦੇ 'ਚ ਇੱਕ, ਇਹਦੇ 'ਚ, ਇਹਦੇ 'ਚ ਮੀਡੀਅਮ ਮੋਸਨ ਭਾਈ। ਇਹ ਪਿੱਛੋਂ ਨਾ ਇੱਕ ਮੀਡੀਅਮ ਇਹਦੇ 'ਚ ਕਰ ਦਿਓ, ਇਹਨਾਂ ਨੂੰ ਇੱਕ ਮੀਡੀਅਮ ਇਹਦੇ 'ਚ, ਹਾਂ ਇਹ ਦੋਵੇਂ ਲੈ ਆਉਂਦਾ ਜੀ। ਹੋਰ ਕੁਛ? ਬਚਕਾਨਾ ਕਿੱਥੇ ਲੱਗਿਆ ਵੇ ਕੱਪੜੇ? ਤੂੰ ਹੁਣ ਬੱਚਿਆਂ ਵਾਲੇ ਕੱਪੜੇ ਪਾਏਗਾ, ਸ਼ਰਮ ਕਰ, ਆਪਣੇ ਬੱਚਿਆਂ ਦੀ ਗੱਲ ਕਰਦਾ। ਅੱਛਾ ਦੇਖ ਲਓ, ਇਹ ਵੀ ਲੱਗੀਆਂ ਸ਼ਰਟਾਂ, ਇਹ ਦੇਖੋ ਇਹ ਪੋਲੋ ਜਿਹੜੀ ਤੁਸੀਂ ਕਹਿੰਦੇ ਸੀ ਨਾ, ਇਹ ਪੋਲੋ ਗੇਮ ਨਹੀਂ, ਪੋਲੋ ਖੇਡਦੇ ਆ। ਤੁਸੀਂ ਖੇਡੀ ਕਦੀ? ਨਹੀਂ ਮੈਂ ਨਹੀਂ, ਕਿੱਥੇ ਖੇਡਣਾ, ਤੈਨੂੰ ਘੋੜੇ ਨੇ ਬਹਿਣ ਹੀ ਨਹੀਂ ਦੇਣਾ ਉੱਤੇ। ਇਹ ਪੋਲੋ
ਵੈਸੇ ਤੇ ਕਾਲਰ ਵਾਲੀ ਸਾਰੀ ਪੋਲੋ ਹੀ ਹੁੰਦੀ ਟੀ ਸ਼ਰਟ ਕਿੱਧਰ ਲੱਗੀ ਆ ਉਹ ਟੀ ਸ਼ਰਟ ਉੱਧਰ ਲੱਗੀ ਆ ਫੁੱਲ ਬਾਜ਼ੂ ਲੈਣੇ ਹਾਫ ਬਾਜ਼ੂ ਯਾਰਾ ਮੋਢੇ ਦੇ ਹੱਥ ਕਿਉਂ ਰੱਖਦਾ ਪੰਚਾਇਤ ਆ ਤੇਰੀ ਮੇਰੀ ਤੂੰ ਘੜੀ ਮੁੜੀ ਮੈਨੂੰ ਸਮਝਾਉਣਾ ਵੀ ਪੋਤੇ ਇੰਜ ਨਹੀਂ ਕਰੀਦਾ ਉਹ ਯਾਰ ਵੈਸੇ ਹੀ ਭਰਾ ਇਨਸਾਨ ਹੀ ਆਰਾਮ ਨਾਲ ਸੇਲਮੈਨ ਹੁੰਦੇ ਤੂੰ ਬਾਰ ਬਾਰ ਕਸਟਮਰ ਨੂੰ ਟੱਚ ਕਰਦਾ ਫੁੱਲ ਬਾਜ਼ੂ ਚਾਹੀਦੀਆਂ ਜਾਂ ਹਾਫ ਬਾਜ਼ੂ ਨਹੀਂ ਹਾਫ ਬਾਜ਼ੂ ਫੁੱਲ ਬਾਜ਼ੂ ਨਾਨਕ ਗਾਣ ਆਇਆ ਮੈਂ ਟੀ ਸ਼ਰਟ ਉੱਧਰ ਵੀ ਲੱਗੀ ਆ ਇਹ ਹਾਫ ਬਾਜ਼ੂ ਟੀ ਸ਼ਰਟ ਹੀ ਹੁੰਦੀ ਭਾਜੀ ਇਹ ਦੇਖ ਲਓ ਇਹ ਅੱਛੀ ਹੈ ਕੀ ਐਡਰੈਸ ਲਿਖਿਆ ਕਰਦਾ ਇਹਦੇ ਪ੍ਰਾਈਜ਼ ਪੜ੍ਹ ਰਹੇ ਹੋ ਆਹੋ ਪ੍ਰਾਈਜ਼ ਇਹ ਆਫ ਤੇ ਲਿਖਿਆ ਵਾ ਪਤਾ ਨਹੀਂ ਹੁਣ ਤੁਸੀਂ ਆਫ ਕਰਦੇ ਹੋ ਕਿ ਆਲਰੇਡੀ ਆਫ ਕੀਤਾ ਵਾ ਸਰ ਇੱਥੇ ਨਾ ਆਫ ਲੱਗੀ ਰਹਿੰਦੀ ਹੈ ਫਰਜ਼ ਕਰੋ ਆ ਜੋ ਮੈਂ ਸ਼ਰਟ ਲੈ ਜਾਂਦਾ ਵਾ ਹਾਂਜੀ ਤੇ ਸਰ ਪੂਰਾ ਸਾਲ ਇੱਥੇ ਤੇ ਨਾ ਇਹ ਸੇਲ ਲੱਗੀ ਰਹਿੰਦੀ ਹੈ ਡਿਸਕਾਊਂਟ ਹੁੰਦਾ ਵਾ 50% ਦੇ 20% ਆਲਰੇਡੀ ਤੁਸੀਂ ਆਲ ਸੀਜ਼ਨ ਡਿਸਕਾਊਂਟ ਉੱਤੇ ਚੱਲਦਾ ਮਤਲਬ ਸਾਲ ਦੇ ਨਾ 165 ਦਿਨ ਹੁੰਦੇ ਆ ਮੈਂ ਤੇਰੇ ਚੰਡ ਮਾਰਨੀ ਆ 365 ਹੁੰਦੇ ਆ ਤੂੰ ਕਿੱਥੇ ਰਹਿਣਾ ਵਾ ਸਾਰੀ ਜ਼ਿੰਦਗੀ 165ਾਂ 'ਚ ਹੀ ਕੱਢਤੀ ਹੈ ਨਹੀਂ ਮੈਂ ਤੇਰੇ ਵੱਲ ਵੇਖ ਕੇ ਨਾ ਮੈਨੂੰ ਲੱਗਾ 165 ਦੇਣੀ ਆ ਯਾਰ ਤੇਰਾ ਹਿਸਾਬ 'ਚ ਤੇ ਬਹੁਤ ਅੱਛਾ ਵਾ ਤੂੰ ਇਕਨੋਮਿਕਸ ਪੜ੍ਹਿਆ ਲੱਗਦਾ ਬਾਬਾ ਜੀ 365 ਦਿਨ ਭਾਜੀ ਇੱਥੇ ਨਾ ਸੇਲ ਲੱਗੀ ਰਹਿੰਦੀ ਹੈ ਡਿਸਕਾਊਂਟ ਵੀ ਹੁੰਦਾ ਅਤੇ ਅਗਰ ਤੁਸੀਂ 15 ਦਿਨ ਦੇ ਅੰਦਰ ਅੰਦਰ ਤੁਹਾਨੂੰ ਸਾਈਜ਼ ਚੀਜ਼ ਨਹੀਂ ਪਸੰਦ ਹਾਂਜੀ ਤੁਸੀਂ ਆ ਕੇ ਚੇਂਜ ਵੀ ਕਰ ਸਕਦੇ ਹੋ ਔਰ ਦੇ ਕੇ ਆਪਣੇ ਪੈਸੇ ਵੀ ਵਾਪਸ ਕਰ ਸਕਦੇ ਹੋ ਆਪਣੇ ਆਰਾਮ ਨਾਲ ਪੈਸੇ ਲੈ ਜਾਣਾ ਪੈਸੇ ਤੇ ਟਰਬੋ ਦਾ ਕੋਈ ਵੀ ਨਹੀਂ ਕਰਦਾ ਟਰਬੋ ਦਾ ਵੱਧ ਤੋਂ ਵੱਧ ਇਹ ਕਹਿਣਗੇ ਜੀ ਚੀਜ਼ ਚੇਂਜ ਕਰ ਲਓ ਪੈਸੇ ਕੋਈ ਨਹੀਂ ਦਿੰਦਾ ਆਹੋ ਇਹ ਤਾਂ ਹੈ ਵੈਸੇ ਮੈਂ ਫਸਟ ਟਾਈਮ ਹੀ ਦੇਖਿਆ ਕਿ ਟਰਬੋ ਨੇ ਇੱਕ ਰੂਲਸ ਰੱਖੇ ਆ ਲੇਕਿਨ ਲੋਕ ਦੂਸਰੀ ਜਗ੍ਹਾ ਤੋਂ ਵੀ ਸ਼ੋਪਿੰਗ ਕਰੀਦੇ ਆ ਕੋਈ ਨਹੀਂ ਇਸ ਤਰ੍ਹਾਂ ਕਰਦਾ ਨਹੀਂ ਇਹ ਇਨਸਾਨੀਅਤ ਇਹ ਹੀ ਆ ਮੁਸਲਮਾਨ ਦਾ ਫਰਜ਼ ਬਣਦਾ ਇੱਕ ਚੀਜ਼ ਹੈ ਜਿਹੜੀ ਤੁਹਾਡੀ ਨਹੀਂ ਪਸੰਦ ਆਈ ਰੱਖ ਲਓ ਤੇ ਪੈਸੇ ਵਾਪਸ ਕਰ ਦਿਓ ਮੁਸਲਮਾਨ ਦਾ ਜ਼ਬਾਨ ਘੱਟ ਚਲਾਉਣਾ ਵੀ ਬਣਦਾ ਉਹ ਵੀ ਘਟਾ ਥੋੜੀ ਹਾਂ ਯਾਰ ਉਹ ਜਿਮ ਵਾਸਤੇ ਐਕਚੁਅਲੀ ਥੋੜਾ ਜੀ ਹਾਂ ਸਪੋਰਟਸ ਵੇਅਰ ਚਾਹੀਦੀਆਂ ਸੀ ਸਪੋਰਟਸ ਉਧਰ ਲੱਗਾ ਸਾਰਾ ਜੀ ਆਓ ਮੈਂ ਆਹ ਤੇ ਹੱਥ ਤੇ ਪਿੱਛੇ ਕਰ ਲਿਆ ਕਰੀ ਆ ਮੈਂ ਜ਼ਖਮ ਆ ਤੇਰੇ ਗਾਲੋ ਵਾਲੇ ਨੂੰ ਆਇਆ ਮੈਂ ਅੱਖ ਬਣਵਾ ਕੇ ਤੂੰ ਮਿੰਟ ਬਾਅਦ ਮੋਢੇ ਤੋਂ ਧੱਕ ਦਾਂ ਅੱਗੇ ਚਲੇ ਸਾਰਾ ਆਏ ਮੇਰੇ ਪਿੱਛੇ ਪਿੱਛੇ ਜਾਂ ਬਲਕਿ ਮੈਂ ਤੇਰੇ ਪਿੱਛੇ ਆਉਣਾ ਇਹ ਸਾਰਾ ਸਪੋਰਟਸ ਲੱਗਾ ਹੈ ਇਹ ਟਰੈਕ ਸੂਟ ਆ ਟੀ ਸ਼ਰਟ ਦੇ ਵਿੱਚ ਹਾਂਜੀ ਹਾਂਜੀ ਇਹਦੇ 'ਚ ਟਰਾਊਜ਼ਰ ਵੀ ਹੈਗਾ ਇਹ ਦੇਖੋ ਹੈ ਲੇਕਿਨ ਇਹਦੀ ਇੱਕ ਖਸੂਸੀਅਤ ਤੁਹਾਨੂੰ ਦੱਸੀਏ ਕਿ ਇਹ ਨਾ ਟਰਬੋ ਕੰਪਨੀ ਦੀ ਇੱਕ ਆਪਣੀ ਵੈਬਸਾਈਟ ਬਣੀ ਹੈ ਖਸੂਸੀਅਤ ਆ ਤਾਂ ਤੂੰ ਇੰਜ ਦੱਸਦਾ ਜਿਵੇਂ ਹਕੀਮ ਆ ਲੈ ਤੇਰਾ ਮੇਦਾ ਦਰੁਸਤ ਹੋ ਜੂ ਟਰੈਕ ਸੂਟ ਪਾ ਕੇ ਮੈਂ ਸਰ ਇਹ ਕਹਿ ਰਿਹਾ ਕਿ ਵੈਬਸਾਈਟ ਬਣੀ ਹੈ ਟਰਬੋ ਦੀ ਅੱਛਾ ਤੁਸੀਂ ਘਰ ਬੈਠੇ 24 ਆਵਰ ਆਪਣੀ ਚੀਜ਼ ਘਰ ਬੁਲਾ ਸਕਦੇ ਔਰ ਜੋ ਪੇਮੈਂਟ ਇਹਦੀ ਇੱਥੇ ਨਾ ਜੋ ਪ੍ਰਾਈਸ ਇੱਥੇ ਆ ਉਹੀ ਅਸੀਂ ਆਨਲਾਈਨ ਤੇ ਵੀ ਲੈ ਸਕਦੇ ਉੱਥੇ ਕੋਈ ਮਤਲਬ ਉਹਦੇ 'ਚ ਤੁਹਾਨੂੰ ਪ੍ਰੋਬਲਮ ਕੋਈ ਨਹੀਂ ਜਾਂ ਜ਼ਿਆਦਾ ਪੈਸੇ ਨਹੀਂ ਲੱਗਣਗੇ ਤੁਹਾਡੇ ਯਾਰ ਸ਼ੌਕਿੰਗ ਪਿੰਕ ਕਲਰ 'ਚ ਨਹੀਂ ਹੈ ਇਹਦੇ ਵਿੱਚ ਕੋਈ ਕਿਹੜੀ ਸ਼ੌਕਿੰਗ ਪਿੰਕ ਕਲਰ 'ਚ ਨਹੀਂ ਟਰੈਕ ਸੂਟ ਪਿਆ ਤੇਰੇ ਸ਼ੌਕਿੰਗ ਦੇ ਮੈਂ ਸਦਕੇ ਜਾਵਾਂ ਇਹ ਦੇਖ ਲਓ ਤੁਸੀਂ ਜਿਮ ਸ਼ਿਮ ਕਰਨਾ ਤਾਂ ਫਿਰ ਇਹ ਪਾਓ ਨਾ ਇਹ ਚੀਜ਼ਾਂ ਇਹ ਜਿਮ ਜਾਣਾ ਤੁਸੀਂ ਹਾਂਜੀ ਜਾਣਾ ਜਿਮ ਜੁਆਇਨ ਕੀਤਾ ਮੈਂ ਦਰਅਸਲ ਮਸਲ ਜਿਹੜੇ ਸੀ ਨਾ ਉਹ ਮਸਾਇਲ ਬਣ ਗਏ ਮਸਾਇਲ ਕਿਉਂ ਬਣਨੇ ਆ ਹਾਂ ਹਾਂ ਇਹ ਜਿਹੜੀ ਹਾਫ ਸਲੀਪ ਜਿਹੜੀ ਆ ਇਹ ਸਹੀ ਆ ਹਾਂਜੀ ਇਹ ਲੈ ਲਓ ਭਾਵੇਂ ਜਿਮ ਚਲੇ ਜਾਣਾ ਭਾਵੇਂ ਤੰਦੂਰ 'ਤੇ ਰੋਟੀਆਂ ਲਾ ਲੈਣਾ ਕੀ ਇਹ ਡੋਲੇ ਪਾ ਕੇ ਬਣਾਉਣੇ ਆ ਤੁਸੀਂ ਚੁੱਕ ਕੇ ਬਣਨੇ ਇਹਦੇ ਨਾਲ ਨਹੀਂ ਬਣਨੇ ਮੈਂ ਦੇਖ ਰਿਹਾ ਵਾਂ ਵੀ ਉਹ ਕਿੰਨਾ ਕੁ ਓਪਨ ਰਹੇਗਾ ਜਿਹੜਾ ਫਿਗਰ ਨਜ਼ਰ ਆਉਂਦਾ ਕਿ ਨਹੀਂ ਆਉਂਦਾ ਨਹੀਂ ਉਹ ਤਾਂ ਨਜ਼ਰ ਆਏਗਾ ਤੁਹਾਡੇ ਇਹ ਤੁਹਾਨੂੰ ਸਾਈਜ਼ ਬਿਲਕੁਲ ਸਹੀ ਹੈ ਜਿਹੜਾ ਤੁਹਾਡਾ ਚਲੋ ਮੈਂ ਦੇਖਦਾ ਟਰਾਈ ਨਾ ਇਹ ਦੇਖੋ ਇਹ ਜਿਸ ਤਰ੍ਹਾਂ ਤੁਸੀਂ ਵਧਣਾ ਨਾ ਇਹਨੇ ਵੀ ਵਧਣਾ ਬੱਚਿਆਂ ਵਾਸਤੇ ਕੁਝ ਛੋਟੇ ਹਾਂਜੀ ਬੱਚਿਆਂ ਲਈ ਜਾਣ ਵੀ ਹਾਜ਼ਰ ਹੈ ਦੱਸੋ ਕੀ ਜਾਣ ਨਹੀਂ ਕੱਪੜਿਆਂ ਦੀ ਗੱਲ ਕਰ ਕੇਲੇ ਲੈ ਦਿਆਂ ਬੱਚਿਆਂ ਲਈ ਬੱਚਿਆਂ ਦਾ ਸਾਰਾ ਲੱਗਾ ਜੀ ਉੱਥੇ ਉਹ ਦਿਖਾਓ ਜ਼ਰਾ ਅੱਛਾ ਜੀ ਬੱਚੇ ਆਪਣਾ ਕੋਈ ਸਾਈਜ਼ ਹੈ ਬੱਚੇ ਕੋਈ ਤਸਵੀਰਾਂ ਬੱਚਿਆਂ ਦੀਆਂ ਹਾਂਜੀ ਕੋਈ ਤਸਵੀਰਾਂ ਹੀ ਦਿਖਾ ਦਿਓ ਬੱਚਿਆਂ ਦੀਆਂ ਤਸਵੀਰਾਂ ਕੀ ਦਿਖਾਉਣੀਆਂ ਏਜ ਵਾਈਜ਼ ਹੁੰਦੇ ਆ ਵੀ ਨਹੀਂ ਉਹ ਮੈਂ ਬੱਚਿਆਂ ਦੇ ਕਲਰ ਦੇਖਣੇ ਨੇ ਨਾ ਅਤੇ ਉਹਦੇ ਮੁਤਾਬਕ ਫਿਰ ਕੱਢਾਂਗਾ ਬੱਚੇ ਕਿੰਨੇ ਬੱਚੇ ਆਪਣੇ 4 ਬੱਚੇ ਹੈ ਮਾਸ਼ਾਅੱਲਾ ਦੇ ਦੇ ਅਤੇ ਤੁਸੀਂ ਦੱਸੋ ਬੱਚਿਆਂ ਦੇ ਕਲਰ ਕੈਸੇ ਬੱਚਿਆਂ ਦੀ ਸ਼ਰਟਾਂ ਹਾਂਜੀ ਕਲਰ ਕੈਸੇ ਬੱਚਿਆਂ ਦੇ ਡਿੱਗ ਗਏ ਹੋਣੇ ਆ ਉਹਦੇ ਮੁਤਾਬਕ ਮੈਂ ਕੱਢ ਦਿੰਦਾ ਭਾਈ ਉਹਨਾਂ ਦੀ ਮਾਂ ਦਾ ਰੰਗ ਸਾਫ਼ ਆ ਸਾਰੇ ਮੇਰੇ 'ਤੇ ਚਲੇ ਗਏ ਨਿਆਣੇ ਨਹੀਂ ਉਹ ਫਿਰ ਹੁੰਦਾ ਨਾ ਬੱਚੇ ਦੇ ਪਾਇਆ ਲਾਇਆ ਵੀ ਸੋਹਣਾ ਲੱਗੇ ਈਦ ਵਾਲੇ ਦਿਨ ਇਹ ਬਹੁਤ ਬਹੁਤ ਖੂਬਸੂਰਤ ਸਾਡੇ ਕੋਲ ਪੈ ਇੱਕ 5 ਸਾਲ ਦਾ ਬੱਚਾ ਵਾ ਅੱਛਾ ਇੱਕ 7 ਸਾਲ ਦਾ ਬੱਚਾ ਵਾ ਇੱਕ 5 ਸਾਲ ਦਾ ਇੱਕ 7 ਸਾਲ ਦਾ ਇੱਕ 12 ਸਾਲ ਦਾ ਬੱਚਾ ਵਾ ਅਤੇ ਇੱਕ 9 ਸਾਲ ਦਾ ਇਹ ਕੀ ਹਿਸਾਬ ਆ ਟੋਟਲ ਕਰਕੇ ਦਿਓ ਲਿਖ ਕੇ ਦਿਓ ਤੈਨੂੰ ਕੀ ਕਾਹਦਾ ਕਰਕੇ ਦੇਣਾ ਵਾ ਵੀ ਇਹਦੇ ਇਹਦੇ ਸਾਈਜ਼ ਦੇ ਹਿਸਾਬ ਨਾਲ ਤੂੰ ਦੇ ਦੇ
अच्छा बच्चे अपने माशाला कपड़े कुपड़े खिंचते तो नहीं ऐ करके ऐ पा के ऐ खिंचते ताकि उस हिसाब ना दवा बच्चे आ उन्हों का खिंचन खिचाण ईद वाले दिन पाने कपड़े हाँ जी सारी ईद पर शॉपिंग कर तो नाल के बच्चे ना तो नहीं लड़ते बच्चे ताकि उस हिसाब ना मैं दवा वो यार शॉपिंग मैं अपने बच्चों लिए करनी है नाल बच्चों का की आ भी नहीं वो बच्चे बच्चों इकट्ठे होंगे ना ईद वाले दिन फिर बच्चे तो कुल्फी खाते खाते उत्ते तो नहीं सुट लेंगे ताकि उस हिसाब ना मैं दवा कपड़े तो कि कुल्फी कपड़े ला के खाई दी नहीं नहीं वो दाग लग जाता ना बुरा लगता फिर मैं इसलिए कहना वो बच्चों के हिसाब ना ही दे दे यार एक बच्चा 12 साल का वा एक 9 साल का वा अच्छा एक 7 साल का वा एक 5 साल का ठीक है तुहाड़ी गली च पानी पूनी तो नहीं खलोता रहता गटर गुटर बंद हो जाता ना पानी तो फिर आना जाना बड़ी प्रॉब्लम हिसाब ना दाँगा ना यार इस शॉपिंग का पानी का की तलक आ नालिया का गंदियां का या वो भीरे हर महल का अपना अपना एक हिसाब हों हिसाब ना फिर लेते होंगे कपड़े कि उस हिसाब ना कि पानी के हिसाब ना पानी खलोंदा नहीं गली तुहाड़ी च आ खड़े हों पानी तो गटर आए दिन भरे रेंदे बस आए आ नहीं जिन्ना मर्जी फोन करी जाओ उन्होंने वो उन्होंने नहीं आना बड़े हड आराम हो गए आ गौरमेंट को तनखावं लै रहे काम करते कोई नहीं तुसी इंज करो तुसी अपना ही वांस बना लो हैलो अगे ना तार जी लपेट लो समझदा ना कितों तुसी ना वे अगला चार बारी तू फोन करता नहीं आता बंदा आप कढ लैंदा केड़ा एडा रौला रहना नहीं उत्थे यार मैं शॉपिंग करना आया कि नौकरी लैन आया तेरे को नहीं मैं वो पानी गली जी खलोता है बच्चों ने बहर तो नहीं निकलना यार बहर निकलना ईद वाले दिन मैं बन देने न्याणे यार मेरी गल नहीं समझ हाँ, बच्चों ने बाहर एंजॉय नहीं करना फिर इन्होंने निकरा ले लो क्योंकि चिक्कड़ होना तो बेच उन्होंने फिरना फुरना है इन्होंने शॉर्ट निकरा तुम दे देना अगर तो नहीं पानी खिलाता फिर नाल पेंटा ले लो चार बेटे है माशाला हाँ जी बेटे चार चलो जी अल्लाह जिंदगी वाले हो कलर मेरे को सारे ही पे आ अच्छा मैं ये दसो कि नालद्या के किन्ने बच्चे आ सामने घर के किन्ने इधर के किन्ने हिसाब ना देव ना क्योंकि खेडना उन्होंने वो बेच जाके तू मैं ये गल दस भी शॉपिंग मैं करनी अपने बच्चों के इधरले बच्चों का तेन हिसाब देव इधरलिया बच्चों का हिसाब देव यह कि शॉपिंग माल हो गया मेरे महल बच्चे खेडते हैं ना खेडते हाँ तो वह भी है तो मैं उस हिसाब ना देव अगर 12-14 बच्चे इकट्ठे हो जाते हैं वो एक दूजे इंज इंज करते नहीं इंज इंज मैनू ना घर है मैनू ना घर है बच्चे तो फिर मासूम होंगे आ उन्होंने खेडन दौ मैं उस हिसाब ना देने तेन कपड़े वो यार कपड़े पवा के पहला मैं लोगों के न्याणे अंदर वाड़ा भी मेरे न्याणे बाहर निकलन लगे है लड़ना पे मैं उतो शॉपिंग की ईद वाले दिन बच्चों पार्क च लैके जाना इतने इकबाल स्टेडियम सारी बात आ बच्चे जिद करते कपड़े देव ना तेन हाँ जी उस हिसाब ना देव पर बच्चे तो कैचअप तो नहीं उत्ते सुट लेंगे अपने मिनट लाओ वो बच्चे होंगे खेड यार बच्चों ने सिंधबाद भी जाना फनलैंड भी जाना वह इस शॉपिंग ना की तलक आ यार उस हिसाब ना स्कूल स्कूल पढ़ते बच्चे सारी बात आ एजुकेशन आ बच्चे पढ़ते स्कूल टाटा वाले स्कूल पढ़ते या अच्छे स्कूल वो यार ये भा की तलक आ टाटा वाले स्कूल ने या इंग्लिश मीडियम ने शॉपिंग का की तलक आ मेरे भरा उतो जो बच्चे जाएंगे टाटा के बहनगे तो कपड़े खराब होने मैं उस हिसाब ना देव अगर तो है अच्छे स्कूल वो हिसाब ना देव कलर डे होंगे तो उन्होंने बच्चे स्कूल सारी बात हर स्कूल कलर डे हों हिसाब ना मैं कलर देना वा ना कलर डे तो भी पा के जाएंगे खूबसूरत लगन गए उत्थे बच्चे उन्होंने दसना भी टर्बो वाले दे कपड़े है उत्थे बच्चों दसिया ना वो दसिया वा बच्चों पर ईद तो बाद ना मरमा जी 20 दिन बहुत शादियाँ होनी ने तो को अपने खानदान च है शादी क्यों रुकानी है तू नहीं मैं तो बच्चे शादी च कपड़े पा के जाएंगे उस हिसाब ना देव वो किड़ा हिसाब यार तेरा मैं तो तेरी समझ नहीं लगती यार तू किड़ा शॉपिंग सेंटर आ जड़ा ये कहिंदा वा भई पानी गली च खलोंदा नाल दे न्याणे किन्ने आ बाहर किन्ने अंदर किन्ने आ पार्क च जाना या नहीं जाना विआह ते जाना यार तू ते यार मैं कहना बच्चे सारे चारे बच्चे जान सेलमैन आ कि मेरे बच्चों का मामा स्कूले सारे बच्चे जाएंगे उत्थे विआह ते भी जाएंगे सारे और यार जाएंगे ना जाएंगे उनका शॉपिंग का की तलक इस वो नाल नहीं अजकल तो होलीडे चल रहे छुट्टियां ने बच्चों मतलब होलीडे कहता तेन एडीडास तेन कहना नहीं आता होलीडे का तेन बड़ा पता फैसलाबाद आ यार इतने जुगत पानी होंगे चल जुगत पा यार मोढ़े तो हाथ ला ऊना गल कर तू मोढ़ा छेड़ा तेरी यार इन्ना तू ऐ मैं तुम कढ़ के देना ऐ बड़े अच्छे है ऐ तुहाडा जिहड़ा बच्चा है ना जिहड़ा दस रहे हो 8-9 साल का नहीं ऐ ज्यादा वड्डा वा उन्हें वड्डा नहीं होना उन्हें वड्डे लै दे अगो अगो वड्डा ही होना उन्हें निकर तो बगैर पैरों तक पाई फिरे भी वड्डा होना उन्हें हौली हौली वध जाना बच्चों का पता लगता वध एकदम वध
नहीं छोटा से कलर बहुत अच्छा है मीसम नू आ जाने किसीम दा दवो छोटे दा ना एदे नाल छोटा सा ऐसे बच्चा तुहाडा मतलब है किस तरह दा को बच्चा मैं देख के अगर कपड़े दे देवां ते बेहतर है बच्चा किस तरह दा तुहाडा बच्चे इत्थे मैं जस्ट मिनट होया वा कुछ शॉपिंग करन आए सी बड़े ना रिच फैमिली ना तलक बच्चे रखदे सी बाय लोक भी सेम बच्चे मेरे आ बेटा इधर आओ ऐ देखो ए ला लो भी है बेटा नाम क्या आपका अहमद अहमद जैसे है जी बच्चे सारे मेरे तू आप दस भी तेरे बच्चे इदा दे हो सकते हैं तू चार बंदे जी भी बाला इकट्ठा कर ला उत्थे अब्दुल्लापुर बीटिंग कर लेने हैं पंचायत कर लेने हैं तो किसी को बुला ला भी इस तरह के बच्चे तेरे नहीं यार अल्लाह की देन वा ये कि रौला वा यार अल्लाह की देन ये जीन्स वाइज भी हों सारा कुछ हूँ मैं कह जी मेरे बच्चे इदा दे को मनेगा हूँ तू इनू कहेंगे ना कि मेरे बच्चे इदा दे तेन चपेड़ा मारन गए अगले भाई इंजद ही आ माशाला वह भी नहीं नहीं अहमद भाई आपका कौन सा कहाँ रहते हैं आप ਤੁਸੀਂ ਕਿੱਥੇ ਰਹਿੰਦੇ ਹੋ ਗੁਲਾਮਾਬਾਦ ਭਾਈ ਤੂੰ ਆਪ ਦੱਸ ਕਿੰਨਾ ਫਰਕ ਮੈਨੂੰ ਆਪ ਦੱਸ ਯਾਰ ਫਰਕ ਮੁਰਾਦ ਇਹ ਥੋੜ੍ਹਾ ਹੁੰਦਾ ਵਾ ਵੀ ਕੋਈ ਅੱਛੀ ਕਲੋਨੀ ਆ ਅਤੇ ਖੂਬਸੂਰਤ ਨਿਆਣੇ ਉੱਥੇ ਹੋ ਸਕਦੇ ਆ ਸਾਡੇ ਅਲਪ ਬੰਦੀ ਹੈ ਤੁਹਾਡੇ ਘਰ ਦੇ ਨਾਲ ਕਰਿਆਨੇ ਦੀ ਦੁਕਾਨ ਆ ਨਾ ਹਾਂਜੀ ਕਰਿਆਨੇ ਦੀ ਬੇਟਾ ਆਪਕੇ ਘਰ ਕੇ ਪਾਸ ਕਾ ਬਰਗਰ ਵਗੈਰਾ ਜੇ ਸਭ ਕੁਛ ਮਿਲ ਜਾਂਦਾ ਹੈ ਨਾ ਤੂੰ ਆਪ ਦੱਸ ਵੀ ਉੱਥੇ ਮਰੂੰਡਾ ਵੇਖਦਾ ਟੋਫੀਆਂ ਗੋਲੀਆਂ ਉਹ ਡੀ ਗਰਾਊਂਡ ਰਹਿੰਦੇ ਬੱਚੇ ਸਾਰੇ ਉਹ ਯਾਰ ਜਿੱਥੇ ਵੀ ਰਹਿੰਦੇ ਆ ਲੇਕਿਨ ਬੱਚੇ ਮੇਰੇ ਸਾਰੇ ਸੇਮ ਇੰਜ ਦੇ ਹੀ ਯਾਰ ਇਹ ਤੂੰ ਝੂਠ ਬੋਲ ਰਿਹਾ ਇਹ ਨਾ ਕਰ ਇਹ ਨਾ ਕਰ ਮੈਨੂੰ ਭਾਵੇਂ ਨੌਕਰੀ ਤੋਂ ਜਵਾਬ ਦੇ ਦੇਣ ਲੇਕਿਨ ਇਹ ਗੱਲ ਨਾ ਕਰ ਗੱਲ ਹੱਕ ਦੀ ਕਰ ਤੂੰ ਵੀ ਅੱਲਾ ਨੂੰ ਜਾਣ ਦੇਣੀ ਆ ਉਹ ਅੱਲਾ ਨੂੰ ਜਾਣ ਦੇਣੀ ਜਦੋਂ ਮੈਂ ਤੈਨੂੰ ਦੱਸਣ ਡਿਆ ਵੀ ਬੱਚੇ ਮੇਰੇ ਇਸ ਤਰ੍ਹਾਂ ਦੇ ਹੀ ਆ ਅਹਿਮਦ ਜੈਸੇ ਬੱਚੇ ਨਹੀਂ ਹੋ ਸਕਦੇ ਆਪਕੇ ਅਹਿਮਕ ਹੋ ਸਕਦੇ ਆ ਆਪਕੇ ਬੱਚੇ ਗੁਲਾਮਾਬਾਦ ਤੂੰ ਰਹਿਣਾ ਯਾਰ ਉਹ ਗੁਲਾਮਾਬਾਦ ਬੱਚੇ ਜਾਲੀ ਆ ਉਹ ਬੱਚੇ ਨਹੀਂ ਗੇ ਨਹੀਂ ਬੱਚੇ ਤਾਂ ਸਾਰੇ ਹੀ ਅੱਛੇ ਹੁੰਦੇ ਨੇ ਮਾਸੂਮ ਹੁੰਦੇ ਨੇ ਆ ਫੇਰ ਆ ਲਾ ਯਾਰ ਉਹ ਕਿੱਥੇ ਯਾਰ ਆਨਰ ਇਹਨਾਂ ਦੇ ਸਰ ਨਾ ਇੰਜ ਨਾ ਕਰੋ ਤੁਸੀਂ ਯਾਰ ਤੂੰ ਕੱਪੜੇ ਦੇ ਤੈਨੂੰ ਕੀ ਆ ਤੂੰ 100 ਦਲੀਲਾਂ ਦਿੰਦਾ ਇੰਜ ਨਹੀਂ ਤੇ ਇੰਜ ਨਹੀਂ ਅੱਛਾ ਚੱਲ ਮੈਂ ਤੁਹਾਨੂੰ ਇਹ ਦੇ ਦੇਣਾ ਕੱਪੜੇ ਮੈਨੂੰ ਇਹ ਦੱਸੋ ਕਿ ਤੁਹਾਡਾ ਬੱਚਾ ਜੋ ਤੁਸੀਂ ਕਹਿੰਦੇ ਕਿ ਬੇਟਾ ਮੈਂ ਇਹ ਚੀਜ਼ ਤੈਨੂੰ ਨਹੀਂ ਲੈ ਕੇ ਦੇਣੀ ਜ਼ਮੀਨ ਤੇ ਲੇਟਦਾ ਮੈਂ ਨਹੀਂ ਮੈਂ ਉਹ ਹਿਸਾਬ ਨਾ ਦਵਾਂ ਉਹ ਯਾਰ ਕਿਹੜਾ ਤੇਰਾ ਹਿਸਾਬ ਆ ਗਿਆ ਭਾ ਹਰ ਗੱਲ ਦਾ ਹਿਸਾਬ ਵੀ ਉਹ ਲੇਟਦਾ ਨਹੀਂ ਲੇਟਦਾ ਬੱਚੇ ਲੇਟ ਹੀ ਜਾਂਦੇ ਆ ਜਦੋਂ ਕੋਈ ਉਹਨਾਂ ਨੂੰ ਚੀਜ਼ ਉਹਦੀ ਡਿਮਾਂਡ ਨਾ ਪੂਰੀ ਕਰੋ ਇਹਦੇ 'ਚ ਕਿਹੜੀ ਗੱਲ ਅਹਿਮਦ ਰੋਣੇ ਅਹਿਮਦ ਕਭੀ ਆਪਣੇ ਆਪਕੇ ਪਾਪਾ ਨੇ ਕਿਹਾ ਕਿ ਬੇਟਾ ਇਹ ਚੀਜ਼ ਮੈਂ ਆਪਕੋ ਕੱਲ ਲੈ ਕੇ ਦੂੰ ਆਪ ਜ਼ਮੀਨ ਪੇ ਲੇਟੇ ਹੈ ਬਹੁਤ ਬਾਰ ਮੈਂ ਹੁਣ ਦੱਸ ਹੁਣ ਉਹ ਭਾਈ ਬੱਚੇ ਬਾਈ ਨੇਚਰ ਹੁੰਦੇ ਉਹਨਾਂ ਨੂੰ ਕੀ ਪਤਾ ਵਾ ਵੀ ਅਸੀਂ ਅਮੀਰਾਂ ਦੇ ਨਿਆਣੇ ਹਾਂ ਅਤੇ ਤਾਂ ਲੇਟਣਾ ਜਾਂ ਗਰੀਬਾਂ ਦੇ ਆ ਅਤੇ ਅਸੀਂ ਤਾਂ ਲੇਟਣਾ ਵਾਕਈ ਬੱਚਾ ਭਾਵੇਂ ਗਰੀਬ ਦਾ ਹੋਵੇ ਭਾਵੇਂ ਅਮੀਰ ਦਾ ਭਾਵੇਂ ਮਲਕਾ ਬਰਤਾਨੀਆ ਦਾ ਮੰਗਣਾ ਉਹਨੇ ਬਰਫ ਵਾਲਾ ਗੋਲਾ ਹੀ ਆ ਤੁਹਾਡੇ ਬੱਚੇ ਬਰਫ ਵਾਲੇ ਗੋਲੇ ਚੂਪਦੇ ਆ ਹਾਂਜੀ ਸਾਰੀ ਬਾਤ ਆ ਰੰਗ ਕਿਹੜਾ ਪਾਉਂਦੇ ਉਸ ਹਿਸਾਬ ਨਾਲ ਮੈਂ ਦਵਾਂ ਉਸ ਰੰਗ ਯਾਰ ਤੈਨੂੰ ਮੈਂ ਹੈਪੀ ਲੈਕ ਵਾਲਿਆਂ ਦਾ ਗੋਲਾ ਲਿਆ ਤੈਨੂੰ ਮੈਂ ਰੰਗ ਦੱਸਾਂ ਉੱਥੇ ਨਹੀਂ ਉਹ ਰੰਗ ਪਾਉਂਦੇ ਨਾ ਰੰਗ ਨਾਲ ਮੈਚ ਕਰਨਗੇ ਫਿਰ ਕੱਪੜੇ ਸਾਡੇ ਕੋਲ ਸਾਰੇ ਹੀ ਕਲਰ ਆ ਦੇਖ ਲਓ ਉਹ ਯਾਰ ਕਲਰ ਆ ਮੇਰੀ ਗੱਲ ਸੁਣ ਵੀ ਮੈਂ ਸ਼ੋਪਿੰਗ ਕਰ ਰਿਹਾ ਬੱਚਿਆਂ ਵਾਸਤੇ ਅਤੇ ਇਹਦੇ 'ਚ ਗੋਲੇ ਦਾ ਕੀ ਤਲਕ ਆ ਗਿਆ ਰੰਗ ਦਾ ਕੀ ਤਲਕ ਆ ਗਿਆ ਤੂੰ ਕਿਹੜੀਆਂ ਔਲ ਫੋਲ ਗੱਲਾਂ ਕਰੀ ਜਾਣਾ ਯਾਰ ਮੈਂ ਉਸ ਹਿਸਾਬ ਨਾਲ ਕੱਪੜੇ ਦੇਣੇ ਹੁੰਦੇ ਨੇ ਭਾਈ ਜੀ ਇਹ ਦੇਖੋ ਇਹ ਵੇ ਇਹ ਕਲਰ ਕਿੱਡਾ ਖੂਬਸੂਰਤ ਆ ਇੱਕ ਇਹ ਇੱਕ ਮੈਂ ਹੋਰ ਸ਼ਰਟ ਕੱਢੀ ਸੀ ਇਹ ਜਿਹੜੀ ਨਹੀਂ ਨਹੀਂ ਉਹ ਇਹ ਕੈਜੂਅਲ ਸ਼ਰਟ ਇਹ ਜਿਹੜੀ ਹੈ ਉਹ ਇਹ ਸੀ ਸਰ ਇਹ ਜਿਹੜੀ ਇਹ ਆਏਗੀ ਉਹ ਵੱਡੇ ਨੂੰ ਨਾ ਮੀਸਮ ਨੂੰ ਇਹ ਆਏਗੀ ਅਤੇ ਇੱਕ ਛੋਟਾ ਕਸੀਮ ਆ ਉਹਦਾ ਦੱਸੋ ਕਿਹੜਾ ਕੋਈ ਇਸ ਤੋਂ ਸਾਈਜ਼ ਆ ਹੈ ਤਾਂ ਵੈਸੇ ਕਸੀਮ ਸਾਲ ਦਾ ਹੀ ਫਰਕ ਆ ਹਾਂਜੀ ਕਸੀਮ ਦਾ ਸਾਲ ਦਾ ਫਰਕ ਆ ਹਾਂਜੀ ਉਹਨੂੰ ਫਿਰ ਸਾਲ ਠਹਿਰ ਕੇ ਲੈ ਦੀ ਸਾਲ ਦਾ ਫਰਕ ਆ ਉਹਦਾ ਚੱਲ ਉਹਨੂੰ ਇਹ ਕਲਰ ਉਹਨੂੰ ਪਵਾਓ ਇਹ ਦੇਖੋ ਬਹੁਤ ਅੱਛਾ ਇਹ ਵੀ ਅੱਛਾ ਇਹਦੇ ਨਾਲ ਤੁਹਾਨੂੰ ਥੱਲੇ ਜੀਨਸ ਵੀ ਦੇਣੇ ਸ਼ੋਰਟ ਨਿੱਕਰ ਵੀ ਹੈ ਔਰ ਸਾਡੇ ਕੋਲ ਸ਼ੂਜ਼ ਵੀ ਹੈ ਬੜੇ ਬੜੇ ਅੱਛੇ ਅੱਛਾ ਜੀ ਹਾਂਜੀ ਇਹ ਚਾਰ ਕਰ ਦਿਓ ਬੱਚਿਆਂ ਵਾਸਤੇ ਇਹ ਜਿਹੜੇ ਹਾਂ ਚਾਰ ਪੀਸ ਕਰ ਚਲੋ ਜੀ ਇਹ ਵੀ ਕਰ ਦਿੰਦੇ ਅਸੀਂ ਲੇਕਿਨ ਇਹ ਇੱਥੇ ਲੱਗੇ ਰਹਿੰਦੇ ਹੋ ਤੁਹਾਨੂੰ ਅੰਦਰੋਂ ਫਰੈਸ਼ ਪੀਸ ਲਿਆ ਕੇ ਦਿੰਦੇ ਅੱਛਾ ਇਹ ਦੋ ਪੋਲੋ ਸ਼ਰਟਾਂ ਨੇ ਦੋ ਟੀ ਸ਼ਰਟਾਂ ਨੇ ਚਾਰ ਇਹ ਨੇ ਸਰ ਅਤੇ ਇੱਕ ਟਰੋਜ਼ਰ ਆ ਚਾਰ ਇਹ ਬਚਕਾਨਾ ਹਾਂਜੀ ਟੋਟਲ ਕਿੰਨਾ ਬੇਲੇ ਦਾ ਬਣ ਗਿਆ ਟੋਟਲ ਵੈਸੇ ਉੱਥੇ ਲੱਗਿਆ ਲੇਕਿਨ ਤਕਰੀਬਨ ਤੁਹਾਡਾ ਨਾ 15,000 ਰੁਪਇਆ ਬਣ ਗਿਆ 15,000 ਹਾਂਜੀ ਹਾਂਜੀ ਉੱਥੇ ਦੇਣੇ ਸਰ ਪੈਸੇ ਤੁਸੀਂ ਇੱਕ ਮਿੰਟ ਜ਼ਰਾ ਮੈਂ ਰਿਸੈਪਸ਼ਨ 'ਤੇ ਸਰ ਪਰਸ ਕਿੱਥੇ ਚਲਾ ਗਿਆ ਮੇਰਾ ਇਹਦੇ 'ਚ ਪਰਸ ਰੱਖਿਆ ਹੁੰਦਾ ਤੁਸੀਂ ਪਰਸ 'ਚ ਪਰਸ ਰੱਖਦੇ ਹੋ ਕੀ ਹੋਇਆ ਕੀ ਹੋਇਆ ਕੀ ਆ ਸਰ ਮੈਨੂੰ ਦੱਸ ਦਿਓ ਸਰ ਪਰਸ ਕੀ ਪਰਸ ਤਾਂ ਤੁਸੀਂ ਲਿਆ ਹੀ ਨਹੀਂ
ਉੱਥੇ ਨਵਾਂ ਲੈ ਰਿਹਾ ਸੀ ਨਾ ਤੁਸੀਂ ਮੇਰਾ ਪਰਸ ਜੇ ਚ ਮੈਂ ਘਰੋਂ ਲੈ ਕੇ ਆਇਆ ਵਾਂ ਪੈਸੇ ਹਾਂ ਕੀ ਹੋਇਆ ਸਾਰੀਆਂ ਜੇਬਾਂ ਦੇਖ ਲਓ ਮੈਂ ਇੱਥੇ ਬੈਠਾ ਪਰਸ ਮੇਰਾ ਕੀ ਹੋਇਆ ਮੈਨੂੰ ਲੱਗਦਾ ਪਰਸ ਮੈਂ ਨਾ ਉੱਥੇ ਡਰਾਇੰਗ ਰੂਮ 'ਚ ਹੀ ਭੁੱਲ ਗਿਆ ਘਰ ਹੀ ਉਹਦੇ 'ਚ ਪੈਸੇ ਸੀ ਅਤੇ ਇਹਦੇ 'ਚ ਕਿ ਬੱਸਾਂ 'ਚ ਦਾਲ ਭੇਜਦੇ ਹੋ ਤੁਸੀਂ ਇਹਦੇ 'ਚ ਹਰ ਚੀਜ਼ ਨਹੀਂ ਰੱਖਦੇ ਤੁਸੀਂ ਨਹੀਂ ਉਹ ਪਰਸ ਘਰ ਭੁੱਲ ਗਿਆ ਹਾਂਜੀ ਮੇਰਾ ਨਾ ਐਕਚੁਲੀ ਮੈਂ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਮੈਂ ਜਾ ਕੇ ਲੈ ਆਵਾਂ ਪਰਸ ਅਤੇ ਫਿਰ ਪੇ ਕਰ ਦਾਂਗਾ ਮੈਂ ਦੁਬਾਰਾ ਸਮਾਨ ਤਾਂ ਇੱਥੇ ਹੀ ਰਹਿਣ ਦਿਓਗੇ ਨਾ ਨਹੀਂ ਸਮਾਨ ਮੈਂ ਲੈ ਜਾਵਾਂਗਾ ਮੈਂ ਲੈ ਜਾਵਾਂਗਾ ਤੂੰ ਭਾਈ ਬਾਹਰ ਤੇ ਕਰ